بسم اللہ الرحمن الرحیم یا علی حق حیدر السلام علیکم آل فرینڈ آل ویورز آل سبسکرائبرز امید کرتا ہوں کہ آپ سب خیر وعافیت سے ہوں گے آج کا ولاگ شروع کرتے ہیں اور آج کا ولاگ ہے بابا جی صادق پہ اور ہمارے ساتھ اس ٹائم جو کھڑے ہیں ان کے جو والد صاحب تھے چودھری صادق آف چھپالا ضلع گجرات یہ پنجابی شاعر فوک میوزک کے ایک بے تاج بادشاہ تھے ان کے ہمارے ساتھ بیٹے اس ٹائم کھڑے ہیں چودھری ناصر صاحب اور ان کی بڑی مہربانی ہے کہ اپنے ابا جی کی یاد تازہ کرنے کے لیے یہ جو بابا جی ہیں بابا جی صادق یہ سمجھ لیں کہ اس ٹائم پاکستان لیول ضلع گجرات میں بابا صادق کے بعد جو چھپالے والے ہیں اب بابا صادق جو یہ ماڑی والے ہیں اب یہ ہمارے پاس کنگ ہے اور کم سے کم ان کی عمر 80 سے 85 سال اور 82 سے 85 اس کے درمیان ان کی عمر ہے اور آج کافی زیادہ یہ بیمار بھی تھے اور بڑی مشکل سے ان کو لے کے آئے ہیں آپ دیکھ ہی سکتے ہیں لائیو بھی آپ دیکھ سکتے ہیں اور یہ دیکھیں کہ ہمارے جتنے بھی گاؤں ہیں سیڈوں کے وہ بابا جی کو سننے کے لیے آئے ہوئے ہیں یہ دیکھیں یہ مختلف گاؤں سے آئے ہوئے لوگ ہیں یہاں پہ اور سارے کے سارے جو ہیں یہ چودھری ہیں اور جو بابا جی صادق تھے چھپالے والے یہ سمجھ لیں کہ ان کے بعد یہ ہمارے پاس ہے اب کہ ہم کسی کو بھی چیلنج کر سکتے ہیں کہ بابے قصور مند کے جو شعر ہیں یہ ان کے شاگرد بھی ہیں بابے قصور مند کے کہ ان بابا جی کا کوئی مقابلہ نہیں کر سکتا اور ماشاءاللہ ان کی بڑی مہربانی کہ جو ہماری محفل میں آئے اور ہمیں اپنا قیمتی ٹائم دیا تو چلیں بابا جی کے آپ کو چند شاعر سناتے ہیں آپ شعر سنیں جی بابا جی کے کرو جی اول صفت خدا دی جس 14 طبق سوارے خاطر پیارے ترتی آدم تے آسمانی سورج چند ستارے چمکنارے ایوان نسان تے نوری ناری خدمت دے وے سارے دم نہ مارے قصور مندار شاہ ہوں دے نظارے ورد پکارے تیری صفت کی کراں میں یا مولا تیریاں قدرتاں ویکھ کے حیران ہوں نا ذرے ذرے وے چمکدا نور تیرا تے ویکھ ویکھ کے پیا قربان ہوں نا طاقت نہیں دماغ دے سوچنے دی کدے ایوان تے کدے انسان ہوں نا کراں دلیلاں دے کول قصور منداؤ کدے بڈا تے کدے جوان ہونا تے تھوڑے دن آواو چڈیاں نے میں ویکھیاں گڈیاں زور دیاں اچیاں جا جا پھر او ڈگیاں نے جدو گنجیاں مکیاں ڈور دیاں واز خلق پیار دی ملک وچ رہے زندہ ਤੁਮਾਂ ਮਿਟ ਜਾਸਣ ਕੂੜੇ ਛੋੜ ਦੀਆਂ ਕਸੂਰਮੰਦ ਜੋ ਮਰਨ ਤੂੰ ਮੋਏ ਪਹਿਲਾਂ ਤੁਮਾਂ ਤੁਮੀਆਂ ਇਹਨਾਂ ਦੀ ਗੌਰ ਦੀਆਂ ਤੇ ਕੁਝ ਨਾ ਹੋਣਾ ਤੇ ਬਣ ਬਣ ਬਹਿਣਾ ਕੰਮ ਨਹੀਂ ਇਹ ਦਿਨਾਵਾਂ ਦਾ ਐ ਵਧੇਰਾ ਕਿਵੇਂ ਮਿਲਸੀ ਖੱਪਾ ਅਨਸਾਂ ਤੇ ਕਾਵਾਂ ਦਾ ਅਨਸਾਂ ਦੀ ਚੋਗੇ ਸੁੱਚੇ ਮੋਤੀ ਤੇ ਨਾਲੇ ਵਾਸਾ ਨੇ ਸੁਥਰਿਆਂ ਥਾਵਾਂ ਦਾ ਕਸੂਰ ਮੰਦਾ ਉਹ ਕਾਂ ਗੰਦ ਪੇ ਫੋਲਣ ਕਾਮੇ ਕਾਵਾਂ ਤੇ ਦਾਵਾਂ ਦਾ ਅੱਗੇ ਬਾਬੇ ਦਾ ਕੀ ਫਰਮਾਇਆ ਮੈਨੂੰ ਪਏ ਤੇ ਮੈਂ ਹੀ ਭੁਗਤਣੇ ਨੇ ਔਰ ਪੀੜ ਕਿਨੂੰ ਮੇਰੇ ਦੁੱਖ ਦੀ ਇਹ ਕਦੋਂ ਐਸੇ ਗਮਾਂ ਵਿੱਚੋਂ ਬਣਦੇ ਨੇ ਜਿੰਨਾ ਥਾਂ ਇੰਨਾ ਕੀਤੀ ਸੁੱਖ ਦੀ ਏ ਕੱਲੀ ਜਾਨ ਤੇ ਦਰਦਾਂ ਦੇ ਪੰਧ ਲੰਮੇ ਨਾ ਇਹ ਮੁੱਕਦੇ ਨਾ ਅੱਥਰ ਸੁੱਕਦੀ ਏ ਕਸੂਰ ਮੰਦੋ ਮੰਦੇ ਬਖਤ ਕੋਲੋਂ ਮੇਰੀ ਜਾਨ ਨਾ ਜਿਉਂਦਿਆਂ ਛੁੱਟਦੀ ਏ ਤੇ ਕਰ ਗਏ ਨੇ ਕੂਚ ਸ਼ਾਹ ਗਦਾ ਇੱਥੋਂ ਅੱਖੀ ਵੇਖ ਲਿਆਈ ਕਿਹੜਾ ਜਨ ਰਿਹਾ ਅੱਜ ਦੇ ਹੱਥੋਂ ਕੁਝ ਹੱਥ ਤੇਰੇ ਜਾਂਦੀ ਵਾਰ ਨਾ ਹੱਥ ਨਾ ਕੰਨ ਰਿਹਾ ਉੱਥੇ ਪਈਆਂ ਲੋੜਾਂ ਫੇਰ ਤੂੰ ਆਖਣਾ ਏ
ਕਿਸ ਵਾਸਤੇ ਜੋੜਦਾ ਧੰਨ ਰਿਹਾ ਔਰ ਦਿਨ ਰਾਤ ਦੇ ਵਿੱਚ ਤਿਆਰੀਆਂ ਨੇ ਕਸੂਰਮੰਦ ਵੀ ਬਿਸਤਰੇ ਬਣ ਰਿਹਾ ਦੁਨੀਆਦਾਰ ਤੇ ਦੁਨੀਆ ਦੀ ਤਲਬ ਅੰਦਰ ਵਾਹ ਬਾਬਾ ਜੀ ਵਾਹ ਦੁਨੀਆਦਾਰ ਤੇ ਦੁਨੀਆ ਦੀ ਤਲਬ ਅੰਦਰ ਕਾਬੂ ਇਸ ਦੇ ਪੀਰ ਫਕੀਰ ਵੇਖੇ ਵਾਹ ਵੇਸ ਬਦਲ ਦਰਵੇਸ਼ ਦਾ ਵੇਸ਼ ਕਰਕੇ ਕਈ ਪਾਲ ਦੇ ਪੇਟ ਸਰੀਰ ਵੇਖੇ ਲੱਖਾਂ ਕੰਨ ਪੜਵਾ ਕੇ ਬਣੇ ਜੋਗੀ ਇੱਕੋ ਰਾਂਝਾ ਸੀ ਜਿਹੜਾ ਹੀਰ ਵੇਖੇ ਹੁੰਦਾ ਮਰਦ ਕੋਈ ਵਿਰਲਾ ਕਸੂਰਮੰਦ ਆ ਜਿਹੜਾ ਪਿਆਰ ਦਾ ਤਕਦੀਰ ਵੇਖੇ ਤਾਂ ਇੱਜ਼ਤ ਆਬਰੂ ਮਾਲਕਾ ਹੱਥ ਤੇਰੇ ਆ ਪਰਦਾ ਪੋਸ਼ ਅਸਾਂ ਨੰਗਿਆਂ ਦਾ ਬੇਪਰਾਂ ਦੇ ਬੁੱਤੇ ਵੀ ਸਾਰ ਦੇਣਾ ਟੋਰਾ ਟੋਰਨਾ ਲੂਲਿਆਂ ਨੰਗਿਆਂ ਦਾ ਢੰਗਾਂ ਬਾਲੜੇ ਵੇਖ ਹੈਰਾਨ ਹੁੰਦੇ ਐਸਾ ਢੰਗ ਲਾਨਾ ਬੇਢੰਗਿਆਂ ਦਾ ਤੇਰੇ ਜਿਹਾਂ ਕਸੂਰੀਆਂ ਨੂੰ ਕੌਣ ਜਾਣੇ ਜੇਕਰ ਰੱਬ ਹੁੰਦਾ ਸਿਰਫ ਚੰਗਿਆਂ ਦਾ ਤਾਂ ਜਾਣੇ ਵਾਲਿਆ ਤੇਰੀ ਖੈਰ ਹੋਵੇ ਜਾਣੇ ਵਾਲਿਆ ਤੇਰੀ ਖੈਰ ਹੋਵੇ ਜਾਣ ਲੱਗਿਆ ਅੰਜ ਤੇ ਜਾਈਦਾ ਨਹੀਂ ਜਾਣਾ ਹੋਵੇ ਤੇ ਦੱਸ ਦਿਖਾ ਕੇ ਤੇ ਅਸ਼ੁਭਾ ਘਰ ਦੇ ਦਿਲ ਵਿੱਚ ਪਾਈਦਾ ਨਹੀਂ ਹੋਵੇ ਖਤਾ ਤੇ ਗਲਤੀ ਮਾਫ਼ ਕਰਨਾ ਪਿਆਰ ਕਿਸੇ ਦਾ ਆਈਆ ਠਕਰਾਈ ਦਾ ਨਹੀਂ ਉਹ ਸੱਚ ਆਖਦੇ ਸਿਆਣੇ ਕਸੂਰਮੰਦਾ ਉਹ ਸੱਜਣਾ ਨਾਲ ਤੇ ਸਾ ਮਕਾਈ ਦਾ ਨਹੀਂ ਤਾਂ ਦੇਸ ਬਗਾਨਾ ਤੇ ਜੂ ਪਰਾਈ ਇਸ ਗੱਲੇ ਮੈਂ ਡਰਦਾ ਨਹੀਂ ਤੇ ਰਸਤਾ ਰੋਕ ਕੇ ਤੇਰਾ ਕੋਈ ਗੱਲ ਜ਼ਬਾਨੂ ਕਰਦਾ ਜਾਂ ਅੱਜ ਬੇੜਾ ਸ਼ੋ ਵਿੱਚ ਡੁੱਬਦਾ ਜਹਾਜ਼ ਸਮੁੰਦਰ ਤਰਦਾ ਕਸੂਰਮੰਦ ਡਰਦਾ ਹੱਥ ਨਹੀਂ ਪਾਉਂਦਾ ਪਤਾ ਉਹਨੂੰ ਆਪਣੇ ਘਰ ਮੇਰਾ ਜਨਾਬ ਚੈਨਲ ਹੈ ਸੈਦ ਅਸਮੀਨ ਵਲਾਗ ਉਹ ਆਪਕੀ ਸਕਰੀਨ ਪੇ ਆ ਰਿਹਾ ਔਰ ਡਿਸਕ੍ਰਿਪਸ਼ਨ ਮੇਂ ਉਸਕਾ ਲਿੰਕ ਵੀ ਦੇ ਦਿਆ ਗਿਆ ਔਰ ਇਨਸ਼ਾਅੱਲਾ ਤਾਲਾ ਮੈਂ ਉਮੀਦ ਕਰਤਾ ਹੂੰ ਕਿ ਮੇਰੀ ਅੱਜ ਕੀ ਵੀਡੀਓ ਆਪਕੋ ਪਸੰਦ ਆਈ ਹੋਗੀ ਅਗਰ ਮੇਰੀ ਅੱਜ ਕੀ ਵੀਡੀਓ ਆਪਕੋ ਪਸੰਦ ਆਈ ਹੋ ਤੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕੀਜੀਏਗਾ ਮੇਰੇ ਚੈਨਲ ਕੋ ਸਬਸਕ੍ਰਾਈਬ ਕੀਜੀਏਗਾ ਔਰ ਅਬ ਮੈਂ ਆਪਸੇ ਜਾਤਾ ਹੂੰ ਇਜਾਜ਼ਤ ਮੈਂ ਆਪਕਾ ਦੋਸਤ ਆਪਕਾ ਭਾਈ ਸੈਦ ਅਸਮੀਨ ਅਬਦ ਗੁਜਰਾਤ ਫਰਾਮ ਜਲਾਲਪੁਰ ਜੱਟਾ ਔਰ ਇਨਸ਼ਾਅੱਲਾ ਤਾਲਾ ਮਿਲਦੇ ਹਾਂ ਜਨਾਬ ਨੈਕਸਟ ਵੀਡੀਓ ਕੇ ਸਾਥ ਰੋਕ ਕੇ ਤੇਰਾ ਕੋਈ ਗੱਲ ਜ਼ਬਾਨੂ ਕਰਦਾ ਜਾਂ ਅੱਜ ਬੇੜਾ ਸ਼ੋ ਵਿੱਚ ਡੁੱਬਦਾ ਜਾਂ ਜਹਾਜ਼ ਸਮੁੰਦਰ ਤਰਦਾ ਕਸੂਰਮੰਦ ਡਰਦਾ ਹੱਥ ਨਹੀਂ ਪਾਉਂਦਾ।